चले। आऊं खुदावन के घर चले, जहां बरकतें मिलती हैं, जहां बरकतें मिलती हैं। आऊं खुदावन के घर चले, जहां नेमतें मिलती हैं, जहां नेमतें मिलती हैं। आऊं खुदावन के घर चले, आऊं खुदावन के घर चले। मैं हाँ तेरी शरण च आया मेरी बनपना, मैं हाँ तेरी शरण च आया मेरी बनपना। आत्मा दे विच मगन मैं होके गावां नित सना, आत्मा दे विच मगन मैं होके गावां नित सना। मेरियां दुर्बलताइयां दे विच मदद करे तेरा रूह, छो यसु छो, छो यसु छो, छो यसु छो, छो यसु छो, छो यसु छो। जिंदगी विचों कमियां ते कमजोरियां दूर हटा दे, जिंदगी विचों कमियां ते कमजोरियां दूर हटा दे। रूह दी अगनी दे विच मेरे सारे पाप जला दे, रूह दी अगनी दे विच मेरे सारे पाप जला दे। दूत करन रखवाली नेड़े आवे ना बदरू, छो यसु छो, छो यसु छो, छो यसु छो, छो यसु छो। खुदावंद यीशु मसीह विच प्यारे भरावो ते भैणो, अज पाकमा कलीसिया संत डोमिनिक दा त्यौहार मना रहे हैं। संत डोमिनिक जो कि खुदा दा वचन दा प्रचारक सी, एक पुरोहित होके वचन दी ऐलान करदे रहिंदे सी। आइए असी अज इस मिसा बलिदान दे विच भाग लैण दे वेले प्रभु दे अगे प्रार्थना करिए। संत डोमिनिक दे वांगू असी भी हमेशा खुदा दा वचन नूं प्यार करदे होए वचन दी गवाही देण दे लई आओ असी प्रभु दे अगे प्रार्थना करिए। इस मिसा बलिदान दे विच भाग लैण दे वेले इसलिए आओ असी बड़े भक्ति अते विश्वास नाल प्रभु दे अगे असी इस मिसा बलिदान दे विच प्रार्थना करदे होए भाग लईए। बाप बेटा अते रूह पाक दे नाम उते आमीन। साडे प्रभु यीशु मसीह दा फजल, खुदा बाप दा प्रेम अते रूह पाक दी सांझ तुहाडे नाल होवे अते तुहाडी रूह नाल भी होवे। खुदावंद यीशु मसीह विच प्यारे भराओ भैणो अते बच्चियो, अज दी पाक अंजील जिथे खुदावंद यीशु मसीह सानू सारियां नू इस संसार दे विच जीवन गुजारन दे वेले खुदा दी वाणी दे राही अपना जीवन नू शुद्ध दे पवित्र करन दे लई सानू दसदे हन। जिस तरह यीशु दे समय दे विच फरीसी दल दे लोग, सदूकी दल दे लोग हमेशा दुनियावी शुद्धता दे बारे ध्यान रखदे सन,
ਜਦੋਂ ਉਹ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਹਰ ਪ੍ਰਕਾਰ ਦੀਆਂ ਸਫਾਈ ਦੇ ਵੱਲ ਜਾਂ ਸ਼ੁੱਧਤਾ ਦੇ ਵੱਲ ਧਿਆਨ ਰੱਖਦੇ ਸਨ। ਇਸ ਲਈ ਪ੍ਰਭੂ ਯਿਸੂ ਮਸੀਹ ਵਚਨ ਦੇ ਰਾਹੀਂ ਬਾਣੀ ਦੇ ਰਾਹੀਂ ਸਾਨੂੰ ਸਿਖਾਉਂਦੇ ਹਨ ਕਿ ਸਾਡੀ ਬਾਹਰੀ ਸ਼ੁੱਧਤਾ ਜਾਂ ਬਾਹਰੀ ਸਫਾਈ ਤੋਂ ਵੀ ਜ਼ਿਆਦਾ ਸਾਨੂੰ ਆਪਣੇ ਆਤਮਿਕ ਤੌਰ 'ਤੇ ਜਾਂ ਅਸੀਂ ਆਪਣੇ ਰੂਹ ਨੂੰ ਬਚਾਉਣ ਦੇ ਲਈ ਹਮੇਸ਼ਾ ਸ਼ੁੱਧ ਅਤੇ ਪਵਿੱਤਰ ਰਹਿਣਾ ਚਾਹੀਦਾ ਹੈ, ਜਿਵੇਂ ਕਿ ਪਾਪਾਂ ਤੋਂ ਅਤੇ ਬੁਰਾਈਆਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਇਸ ਲਈ ਪ੍ਰਭੂ ਯਿਸੂ ਮਸੀਹ ਅੱਜ ਦੀ ਅੰਜੀਲ ਦੇ ਵਿੱਚ ਕਹਿੰਦੇ ਹਨ, ਕੋਈ ਵੀ ਚੀਜ਼ ਜੋ ਬਾਹਰੋਂ ਇਨਸਾਨ ਦੇ ਅੰਦਰ ਜਾਂਦਾ ਹੈ ਉਹ ਇਨਸਾਨ ਨੂੰ ਅਸ਼ੁੱਧ ਨਹੀਂ ਕਰਦਾ ਹੈ ਜਾਂ ਅਪਵਿੱਤਰ ਨਹੀਂ ਕਰਦਾ, ਸਗੋਂ ਜਿਹੜੀ ਚੀਜ਼ ਜੋ ਇਨਸਾਨ ਦੇ ਅੰਦਰੋਂ ਬਾਹਰ ਆਉਂਦਾ ਹੈ ਉਹ ਇਨਸਾਨ ਨੂੰ ਅਸ਼ੁੱਧ ਅਤੇ ਅਪਵਿੱਤਰ ਕਰਦਾ ਹੈ। ਜਿਵੇਂ ਕਿ ਸਾਡੀਆਂ ਗੱਲਾਂ, ਸਾਡੀਆਂ ਵਿਚਾਰਾਂ, ਇੱਕ ਦੂਜੇ ਦੇ ਪ੍ਰਤੀ ਜੋ ਅਸੀਂ ਗੱਲਬਾਤ ਕਰਦੇ ਹਾਂ ਜਾਂ ਇੱਕ ਦੂਜੇ ਦੇ ਪ੍ਰਤੀ ਇੱਕ ਦੂਜੇ ਦੇ ਨਾਲ ਜੋ ਅਸੀਂ ਵਿਚਾਰ ਗਲਤ ਵਿਚਾਰ ਕਰਦੇ ਹਾਂ ਜਾਂ ਸੋਚਦੇ ਹਾਂ, ਗਲਤ ਗੱਲਾਂ ਅਸੀਂ ਸੋਚਦੇ ਹਾਂ, ਇਹ ਸਾਰੀਆਂ ਸਾਨੂੰ ਅਸ਼ੁੱਧ ਕਰਦੇ ਹਨ। ਇਸ ਲਈ ਕਿ ਸਾਨੂੰ ਜ਼ਰੂਰਤ ਹੈ ਕਿ ਸਾਡੀ ਰੂਹ ਨੂੰ ਜਾਂ ਸਾਡੀ ਆਤਮਾ ਨੂੰ ਸ਼ੁੱਧ ਕਰਨ ਦਾ ਜਾਂ ਸਫਾਈ ਕਰਨ ਦਾ। ਜਦੋਂ ਸਾਡੀ ਆਤਮਾ ਸ਼ੁੱਧ ਹੈ, ਪਾਪਾਂ ਤੋਂ ਬੁਰਾਈਆਂ ਤੋਂ ਅਸੀਂ ਦੂਰ ਰਹਿੰਦੇ ਹਾਂ, ਖੁਦਾ ਦੇ ਵਚਨ ਦੇ ਅਨੁਸਾਰ ਜਦੋਂ ਅਸੀਂ ਜੀਵਨ ਗੁਜ਼ਾਰਦੇ ਹਾਂ ਤਾਂ ਹਮੇਸ਼ਾ ਸਾਡੀ ਜਿਸ ਤਰ੍ਹਾਂ ਬਾਹਰ ਦੀ ਸਫਾਈ ਹੈ ਉਸੇ ਤਰ੍ਹਾਂ ਅੰਦਰ ਵੀ, ਯਾਨੀ ਕਿ ਸਾਡੀ ਆਤਮਾ ਦਾ ਵੀ ਸਫਾਈ ਹੋਣਗੇ ਅਤੇ ਅਸੀਂ ਹਮੇਸ਼ਾ ਖੁਦਾ ਦੇ ਵਚਨ ਦੇ ਅਨੁਸਾਰ, ਪਰਮੇਸ਼ੁਰ ਦੀ ਬਾਣੀ ਦੇ ਅਨੁਸਾਰ ਜੀਵਨ ਗੁਜ਼ਾਰਨ ਵਾਲਾ ਬਣ ਜਾਵੇਗਾ। ਆਈਏ ਅਸੀਂ ਅੱਜ ਇਸ ਮਿਸਾ ਬਲੀਦਾਨ ਦੇ ਵਿੱਚ ਭਾਗ ਲੈਣ ਦੇ ਵੇਲੇ ਪ੍ਰਭੂ ਦੇ ਅੱਗੇ ਅਸੀਂ ਪ੍ਰਾਰਥਨਾ ਕਰੀਏ ਕਿ ਮਿਹਰਬਾਨ ਖੁਦਾ ਸਾਨੂੰ ਸਾਰਿਆਂ ਨੂੰ ਸ਼ੁੱਧ ਕਰੇ, ਹਰ ਪ੍ਰਕਾਰ ਦੀਆਂ ਬੁਰਾਈਆਂ ਤੋਂ ਦੂਰ ਹੋ ਕੇ, ਬੁਰੇ ਕੰਮਾਂ ਤੋਂ, ਬੁਰੇ ਜੀਵਨ ਤੋਂ ਦੂਰ ਹੋ ਕੇ ਅਸੀਂ ਹਮੇਸ਼ਾ ਪ੍ਰਭੂ ਯਿਸੂ ਨੂੰ ਪਿਆਰ ਕਰੀਏ, ਯਿਸੂ ਦੇ ਵਚਨ ਦੇ ਅਨੁਸਾਰ ਜੀਵਨ ਗੁਜ਼ਾਰਨ ਵਾਲਾ ਬਣਨ ਦੇ ਲਈ ਅਤੇ ਯਿਸੂ ਦੇ ਵਚਨ ਦੀ ਗਵਾਹੀ ਦੇਣ ਵਾਲਾ ਬਣਨ ਦੇ ਲਈ ਪ੍ਰਭੂ ਦੇ ਅੱਗੇ ਅਸੀਂ ਪ੍ਰਾਰਥਨਾ ਕਰੀਏ। ਅਤੇ ਸੰਤ ਡੋਮਿਨਿਕ ਦੇ ਵਾਂਗੂ ਅਸੀਂ ਵੀ ਜੋਸ਼ੀਲੇ ਨਾਲ ਖੁਦਾਵੰਦ ਯਿਸੂ ਮਸੀਹ ਦਾ ਵਚਨ ਦਾ ਗਵਾਹੀ ਦੇਈਏ ਆਪਣੇ ਜ਼ਿੰਦਗੀ ਦੇ ਰਾਹੀਂ। ਆਪਣੇ ਗੁਨਾਹਾਂ ਗਲਤੀਆਂ ਨੂੰ ਖੁਦਾ ਬਾਪ ਦੇ ਸਾਹਮਣੇ ਮੰਨੀਏ, ਖੁਦਾ ਦੇ ਕੇ ਮਾਫ਼ੀ ਮੰਗੀਏ ਤਾਂ ਜੋ ਅਸੀਂ ਓਕਰੀ ਦੇ ਨਾਲ ਇਸ ਮਿਸਾ ਬਲੀਦਾਨ ਦੇ ਵਿੱਚ ਭਾਗ ਲੈ ਸਕੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਰਾਹ ਤੇ ਪੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੇਨ। ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਏ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ ਸਾਡੇ ਖੁਦਾ, ਸੰਤ ਡੋਮਿਨਿਕ ਦੀ ਸਿੱਖਿਆ ਅਤੇ ਲਿਆਕਤ ਨਾਲ ਆਪਣੀ ਕਲੀਸੀਆ ਦੀ ਅਗਵਾਈ ਅਤੇ ਹਿਫਾਜ਼ਤ ਕਰ। ਉਹ ਤੇਰੀ ਸੱਚਾਈ ਦਾ ਜੋਸ਼ੀਲਾ ਪ੍ਰਚਾਰਕ ਸੀ, ਉਹ ਸਾਡਾ ਸਰਪ੍ਰਸਤ ਬਣ ਕੇ ਸਾਡੇ ਲਈ ਤੇਰੇ ਅੱਗੇ ਸਿਫਾਰਸ਼ ਕਰੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਦੇ ਰਾਜ ਕਰਦਾ ਹੈ, ਸਦਾ ਤੋਂ ਸਦਾ ਦੀ ਕਰ। ਆਮੇਨ।
पाठ पहला गिनती की किताब उसका 12 बाब 1 to 13 आए तक। मूसा ने एक कूशी औरत नाल व्याह कीता सी। मीरियम अते हारून उस कूशी औरत के कारण मूसा विरुद्ध बोलन लगे जिस नाल उसने व्याह कीता सी। उन्होंने कहा कि प्रभु ने सिर्फ मूसा नाल ही गल्लां कीतियां हन कि उसने साडे नाल भी गल्लां नहीं कीतियां हन। अते प्रभु ने यह सुन लिया ये आदमी मूसा धरती उत्ते वसन वाले सब आदमियों तो वध हलीम सी। अते प्रभु ने अचानक मूसा अते हारून अते मीरियम नू आख्या तुसी तिन्ने निकल के मिलापी तंबू लागे हाजिर होवो। अते ओ तिन्ने बाहर आए अते प्रभु बदल दे सतून विच उतर आया अते मिलापी तंबू दे द्वार ते खड़े हो के हारून अते मीरियम नू सद्या अते ओ दोवें अगे आए। तां प्रभु ने आख्या हुण मेरी गल सुनो जेकर तुहाडे विच्चों कोई नबी होवे तां मैं प्रभु अपने आप नू दर्शन विच उस उत्ते प्रगट करदा हाँ। मैं सुपने विच उस नाल गल्लां करदा हाँ। मेरे दास मूसा नाल अजिहा नहीं है वो मेरे सारे घराने विच ईमानदार है। मैं उस नाल रूबरू खुल के गल्लां करदा हाँ ना कि बुजारतां विच अते ओ प्रभु रूप का दर्शन भी करता है। फिर तुहानू मेरे दास मूसा विरुद्ध बोलदिया डर क्यों ना आया। तो प्रभु का क्रोध उन्हां उत्ते पड़क उठ्या अते ओ चला गया अते जदों बदल तंबू तो हट गया तां वेखो मीरियम कोड़ी बर्फ वांग सफेद हो गई सी। अते तद हारून ने मूसा नू कहा हे मेरे स्वामी ये गुनाह साढ़े सिर ना लगे क्योंकि असी नादानी कीती अते गुनाह कर बैठे हाँ। इस नू हुण उस मरे हुए वांग ना रहन दे जिसका शरीर उसकी माँ की कुखों निकलते ही अद्धा गलिया होया हुंदा है। तां मूसा ने प्रभु अगे दुहाई दिती ऐ खुदा मैं तेरी मिन्नत करता हाँ इस नू चंगा कर दे। प्रभु की पाक बाणी खुदा दा शुक्र होवे। गुनाह सब मेरे फजला रे रब बख्श गुनाह सब मेरे वांगों फजल है मकर दे सब बुरियाई मैनू कर तू पासा बख्श दे सब बुरियाई फजल ना है रा फजल ना है
तेरे कलाम यसु याद करी जावा तैनू ते तेरे कलाम यसु याद करी जावा याद करी जावा 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 यसु याद करी जावा तैनू ते तेरे कलाम यसु याद करी जावा प्रभु तुहाड़े नाल होवे अते तुहाड़ी रू नाल भी होवे पाठ पवित्र अंचील संत मत्ती दे अनुसार तेरी वडियाई होवे ऐ प्रभु संत मत्ती दी अंचील 15 बाब 1 अते 2 10 तो लेके 14 ऐ तक तद जरूसलेम तो फरीसी अते धर्म ग्रंथी येसु कोल आए अते कहा तुहाडे चेले बजुर्गां दी रिवायत नूं क्यों तोड़दे हन क्योंकि भोजन करन वेले ओ अपने हथ नहीं धोंदे फिर उसने लोकां नूं अपने कोल बुला के उन्हां नूं कहा सुनो अते समझो जो मूंह विचों जांदा है ओ मनुख नूं फरिश्ट नहीं बनाउंदा सगो ओ जो मूंह विचों बाहर निकलदा है मनुख नूं फरिश्ट बनाउंदा है तद चेलिया ने आके उस नूं कहा कि तुसी जानदे हो कि ए गल सुन के फरीसियां बुरा मनाया है उसने उत्तर दिता हर पौधा जिसनू मेरे सुरगी बाप ने नहीं लाया वो पुट दिता जावेगा उन्हां दी परवाह ना करो वो अन्ने आगू हन जेकर एक अन्ना दूजे अन्ने दी अगवाई करदा है तां दोवें ढोए विच डिग पैणगे ए प्रभु दी पवित्र अंजील है तेरी महिमा होवे ऐ मसीहा अंजील दी शब्दां द्वारा साडे सारयां दे पाप माफ हो जावे आमीन सर्वशक्तिमान ते अकाल कुदा सारी सृष्टि दा सृजनहार प्रभु अज दा दिन दे लई अते सवेर दे समें दे लई असीं तुहाडा धन्नवाद तुहाडी वडियाई करदे हां तुसीं सानूं सारयां नूं इस सवेर दे समय दे विच तुहाडे पवित्र नाम दे विच इकट्ठे होण दे लई पवित्र पाकमास दी कुरबानी दे विच भाग लैण दे लई तुहाडे वचन नूं सुणन दे लई तुहाडे बदन ते लहू नूं स्वीकार करन दे लई हर रोज़ तुसीं सानूं सारियां नूं योग बणाउंदे हो ए प्रभु असीं इस दे लई तुहाडा धन्नवाद तुहाडी वडियाई करदे हाँ खास करके तुसीं अज दा दिन साडे नाल अपने वचनां दे राही गल कीता है कि सानू हमेशा अपने जीवन दे विच अंदरों जाने कि आत्मिक तौर ते हमेशा सानू शुद्ध रखना चाहिदा है असी कई वेले सिर्फ बाहरी शुद्धता दे वल ध्यान रखते हाँ ए प्रभु साढ़े उत्ते दया कर साढ़े गुनाहां गलतियां नूं तुसी माफ कर दो अते हमेशा असी तुहाडे पाक वचना दे अनुसार चलते हुए आत्मिक गल्लां वल ध्यान रखते हुए
रूह की जरूरत पूरा करने के लिए सानू वरदान दियो, ताकि असी हर प्रकार की बुराइयों तो हर प्रकार दिया पाप ते पापमय जीवन तो दूर हो के एक पाक ते पवित्र जीवन गुजारन दे वरदान दियो। असी ये मांगते हाँ अपने प्रभु मसीह दे राही, आमीन। ਪਿਆਰੇ ਭਰਾਵੋ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ, ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ, ਸੰਤ ਡੋਮਿਨਿਕ ਦੀ ਸਿਫਾਰਸ਼ ਰਾਹੀਂ ਸਾਡੀਆਂ ਦੁਆਵਾਂ ਅਤੇ ਨਜ਼ਰਾਣੀਆਂ ਨੂੰ ਮਿਹਰ ਨਾਲ ਕਬੂਲ ਕਰ। ਇਸ ਪਾਕ ਕੁਰਬਾਨੀ ਦੀ ਸ਼ਕਤੀ ਨਾਲ ਅੰਜੀਲ ਦੇ ਪ੍ਰਚਾਰਕਾਂ ਨੂੰ ਦਲੇਰ ਬਣਾ ਅਤੇ ਕਾਇਮ ਰੱਖ ਸਾਡੇ ਪ੍ਰਭੂ ਮਸੀਹ ਦੇ ਰਾਹੀ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਅੱਜ ਦਾ ਦਿਨ ਤੂੰ ਕਲੀਸੀਆ ਨੂੰ ਸੰਤ ਡੋਮਿਨਿਕ ਦੀ ਯਾਦ ਵਿੱਚ ਖੁਸ਼ੀ ਦਿੰਦਾ ਹੈ। ਉਸਦੇ ਨੇਕ ਅਤੇ ਪਵਿੱਤਰ ਜੀਵਨ ਰਾਹੀਂ ਤੂੰ ਸਾਨੂੰ ਪ੍ਰੇਰਣਾ ਦਿੰਦਾ ਹੈ ਅਤੇ ਉਸਦੇ ਪ੍ਰਚਾਰ ਰਾਹੀਂ ਸਾਨੂੰ ਸਿੱਖਿਆ ਦਿੰਦਾ ਹੈ। ਉਸਦੀ ਪ੍ਰਾਰਥਨਾ ਦੇ ਜਵਾਬ ਵਜੋਂ ਤੂੰ ਸਾਡੀ ਮਦਦ ਅਤੇ ਰਖਵਾਲੀ ਕਰਦਾ ਹੈ। ਇਸ ਲਈ ਅਸੀਂ ਸੁਰਗ ਦੇ ਫਰਿਸ਼ਤਿਆਂ ਅਤੇ ਸੰਤਾਂ ਦੇ ਟਾਣੀਆਂ ਦੇ ਨਾਲ ਰਲ ਕੇ ਤੇਰੀ ਸ਼ਾਨ ਦੇ ਗੀਤ ਗਾਉਂਦੇ ਹੋਏ ਇਹ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ, ਉੱਚਾਈਆਂ ਵਿੱਚ ਹੋਸਨਾ। ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ, ਉੱਚਾਈਆਂ ਵਿੱਚ ਹੋਸਨਾ।
ए प्रभु तू सचमुच पवित्र है अते ए सही है कि तेरी सारी सृष्टि तेरी वडियाई करे तेरे बेटे साढ़े प्रभु यीशु मसीह दे राही अते रूह पाक की कुदरत नाल तू सारे संसार नू जीवन बख्शदा ते पाक करदा है तू लगातार अपने लिए प्रजा इकट्ठी करता रहिंदा है तां जो चढ़दे सूरज तो लेके लहिंदे तक एक शुद्ध गुरबाणी तेरे पवित्र नाम दे लई चढ़ाई जावे। इसलिए ए प्रभु असी हलीमी नाल तेरे अगे मिहनत करते हाँ कि अपनी मेहर नाल ओही रूह पाक राही इन्हां नजराणियां नूं पवित्र कर जो असी तेरी पाक हजूरी विच लेके आए हाँ तां जो ये तेरे बेटे साडे प्रभु यीशु मसीह दा बदन अते लहू बन जावे जिस दे हुक्म नाल असी इन्हां पैदा नूं मनाउंदे हाँ। जिस रात यीशु दा विश्वासघात किया गया उसने रोटी ली अते तेरा धन्नवाद कर दिया बरकत दिती रोटी तोड़ी अते अपने चेलियां दिती ए कहिंदे होए तुसी सारे ए लवो अते इस विचों खाओ क्यों जो ए मेरा बदन है जिहड़ा तुहाडे लई कुरबान कीता जावेगा। इसे तरह भोजन करन दे बाद उसने प्याला लिया तेरा धन्नवाद कर दिया बरकत दिती प्याला अपने चेलियां दिता ए कहिंदे होए तुसी सारे ए लवो ते इस विचों पीवो क्यों जो ए मेरे लहू दा प्याला है नवें अते सदीवी नेम दा लहू जो तुहाडे अते बहुतियां वास्ते गुनाहां दी माफी लई वहाइया जावेगा मेरी याद विच ए करिया करो। ईमान दा पेद ए प्रभु असी तेरी मौत दा ऐलान करदे हां अते तेरे जी उठन दी मुनादी करदे हां जद तक तू फिर आवेगा। इस लई ए प्रभु असी तेरे बेटे दे मुक्तिकारी दुख भोग उस दे जलाले जी उठन अते सुरग विच चढ़ जाण दी यादगारी मनाउंदे हां अते उस दे दूजी वारी आउण नूं उड़ीकदे होए तेरा धन्नवाद करदियां ए जीउंदी अते पवित्र कुरबाणी तेनूं चढ़ाउंदे हां। असी बेनती करदे हां कि तू अपनी कलीसिया दे चढ़ावे उते नज़र कर अते इस कुरबान होए लेले नूं पछाण जिस दी कुरबानी तो राजी होके तू साडा अपने नाल मेल कराया है बख्श देगी। असी तेरे बेटे दे बदन अते लहू नाल रजाए होए अते उसदे रूह पाक नाल भरपूर हो के मसीह दे विच एक शरीर अते एक रूह बन जाइए। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਣਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ ਖਾਸ ਕਰਕੇ ਤਨ ਕੁਵਾਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਵਾਰੀ ਦੇ ਮੁਬਾਰਕ ਵਰਸਨ ਦੀ ਯੂਸਫ ਦੇ ਨਾਲ ਤੇਰੇ ਤਨ ਰਸੂਲਾਂ ਨਾਲ ਅਤੇ ਜਿਸ ਵੀ ਸ਼ਗੀਤਾ ਨਾਲ ਸੰਤ ਡੋਮਿਨਿਕ ਅਤੇ ਸੰਤ ਫਰਾਂਸਿਸ ਆਫ ਅਸੀਸੀ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਏ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੁੱਢ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆਂ ਦੀ ਸ਼ਾਂਤੀ ਅਤੇ ਮੁਕਤੀ ਦੇ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸੀਆ ਨੂੰ ਆਪਣੇ ਸੇਵਕ ਸਾਡੇ ਸੰਤ ਬਾਬਾ ਫ੍ਰਾਂਸਿਸ ਨੂੰ ਸਾਡੀ ਡਾਇਸਿਸ ਦੇ ਰਸੂਲੀ ਸੰਚਾਲਕ ਬਿਸ਼ਪ ਆਗਨੋਲੋ ਨੂੰ ਕੁੱਲ ਦੁਨੀਆ ਦੇ ਬਿਸ਼ਪਾਂ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਏ ਦਿਆਲੂ ਬਾਪ
संसार भर विच कलरे हुए अपने सारे बच्चियां नूं अपने कोले इकट्ठे करन दी कृपा कर। साडे मोए हुए भैन भरावां अते उहनां सारियां नूं जिहड़े तैनूं कुछ करदियां इह संसार विचों चलाना कर गए हन, मेहर नाल अपने राज विच दाखल कर। उत्थे असीं तेरी वड्डी शान दी खुशी विच सदा निहाल रहन दी उम्मीद रखदे हाँ। साडे प्रभु मसीह दे राही जिस दे राही तू दुनिया नूं हर चंगी दात बख्शदा है। उस दे राही अते उस दे नाल अते उस दे विच एकता पूरी कुदरत वाले बाप रूह पाक की एकता विच सब जलाल अते वडियाई तेरी ही है सदा तोम सदा तीकर आमीन। ਸਾਡੇ ਮੁਕਤੀ ਤਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਖੁਦਾਈ ਸਿੱਖਿਆਵਾਂ ਦੇ ਅਨੁਸਾਰ ਅਸੀਂ ਸਾਰੇ ਮਿਲ ਕੇ ਆਖੀਏ, ਇਹ ਸਾਡੇ ਬਾਪ ਜਿਹੜਾ ਤੂੰ ਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਜਾਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਏ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੇ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਤਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖੀਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸੀਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੇ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਮੈਨੂੰ ਮੇਰੇ ਸਭ ਗੁਨਾਹਾਂ ਤੋਂ ਬੁਰਾਈਆਂ ਤੋਂ ਮੁਕਤ ਕਰ, ਮੈਨੂੰ ਸਦਾ ਤੇਰੇ ਹੁਕਮਾਂ ਤੋਂ ਬਿਹਤਰ ਬਣਾ ਅਤੇ ਮੈਨੂੰ ਤੇਰੇ ਤੋਂ ਕਦੀ ਵੀ ਜੁਦਾ ਨਾ ਹੋਣ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹਾਂ ਚੁੱਕ ਲੈਂਦਾ ਹੈ। ਤਨ ਹਨ ਉਹ ਜਿਹੜੇ ਲੇਲੇ ਦੇ ਪੋਜ ਲਏ ਸੱਦੇ ਗਏ ਹਨ। ਐ ਪ੍ਰਭੂ ਮੈਂ ਸਿਉਕਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਜ਼ਿੰਦਗੀ ਦੇ
असी प्रार्थना करिए। ए प्रभु खुदा, संत डोमिनिक की यादगारी मनाउंदियां तू सानू सदीवी जीवन की रोटी नाल रजाया है, बख्श देगी तेरी कलीसिया उसके प्रचार नाल रोशन होके अते उसकी प्रार्थना राही मजबूती पा के तेरे नाल पूरी तरह जुड़ी रहे, साडे प्रभु मसीह दे राही आमीन। प्रभु तुहाडे नाल होवे, अते तुहाडी रूह नाल भी होवे। पूरी कुदरत वाला खुदा, बाप बेटा अते रूह पाक तुहान सारयां नूं आशीर्वाद प्रदान करे आमीन। पाक मासी पवित्र गुरबाणी अर्पण कीती गई, प्रभु दी शांति विच जाइए, खुदा दा शुक्र होवे। ऐसी मां मरियम दी मदद अते सिफारिश मांगदे होए प्रभु दे अगे प्रार्थना करिए। दुआ याद कर आई नहायत मेहरबान कुआरी मरियम, पई कदी नहीं सुनया गया कि कोई भी तेरी पनाह लभदे आ, तेरी मदद चाहुंदे आ, तेरी सिफारिश मांगदे आ, ते तो खाली क्या होवे। आए कुआरी कुआरियां दी अते मेरी मां, इस तसली नाल मैं तेरे को नस के आंदा हां, अते तेरे अगे खलो के मैं गुनाही रोंदा हां। ए देतरी होई कलाम दी मां, तू मेरे अर्जन हकी ना जान, सगो मेहरबानी नाल सुन अते कबूल कर आमीन। ए मुबारक मरियम, खुदा दी मां, साडे लई दुआ कर। तन तेरे पे